ਪੁੱਤ ਸੁਖਜੀਤ ਸਿੰਘ ਲੋਧੀ ਜੀ, ਉਹਦਾ ਬਾਬੇ ਪਿਤਾ ਨਛੱਤਰ ਸਿੰਘ ਫੌਜੀ, ਉਹ ਤਾਂ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਗਿਆ ਸੀਗਾ ਜੀ, ਆਪਦੇ ਕੰਮ 'ਤੇ ਗਿਆ ਸੀਗਾ। ਸਮਾਨ ਦਿੰਦੇ ਦਿੰਦੇ ਦੇ ਅਣ ਛੱਤੇ ਲੋਕਾਂ ਨੇ ਉਹਦੇ ਗੋਲੀਆਂ ਮਾਰੀਆਂ ਜੀ। ਮੇਰਾ ਪੁੱਤ ਸੁਖਜੀਤ ਸਿੰਘ ਲੋਧੀ ਜੀ, ਉਹਦਾ ਬਾਬੇ ਪਿਤਾ ਨਛੱਤਰ ਸਿੰਘ ਫੌਜੀ, ਉਹ ਤਾਂ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਗਿਆ ਸੀਗਾ ਜੀ, ਆਪਦੇ ਕੰਮ 'ਤੇ ਗਿਆ ਸੀਗਾ। ਸਮਾਨ ਦਿੰਦੇ ਦਿੰਦੇ ਦੇ ਅਣ ਛੱਤੇ ਲੋਕਾਂ ਨੇ ਉਹਦੇ ਗੋਲੀਆਂ ਮਾਰੀਆਂ ਜੀ। ਇਹ ਤਾਂ ਹੁਣ ਉੱਧਰਲੀ ਸਰਕਾਰ ਹੀ ਉਹਨਾਂ ਦੁਸ਼ਮਣਾਂ 'ਤੇ ਕਾਰਵਾਈ ਕਰੇ, ਉਹਨਾਂ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ, ਅੱਗੇ ਤੋਂ ਹੋਰ ਕਿਸੇ ਜਵਾਨ 'ਤੇ ਇਹੋ ਜਿਹੀ ਕਾਰਵਾਈ ਨਾ ਹੋਵੇ, ਅਤੇ ਵੱਧ ਤੋਂ ਵੱਧ ਲਈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਇੰਨਾ ਕੁ ਪਤਾ ਲੱਗਾ ਹੈ ਉਹਨਾਂ 'ਤੇ ਉੱਧਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਉਸਦੀ ਹੱਤਿਆ ਕਰ ਦਿੱਤੀ। ਸਾਨੂੰ ਤਾਂ ਬਸ ਇਹੀ ਮੰਗ ਹੈ ਉੱਧਰ ਦੀ ਸਰਕਾਰ ਦੀ, ਉਹਨਾਂ ਤੋਂ ਸਖ਼ਤ ਸਜ਼ਾ ਕੀਤੀ ਜਾਵੇ ਉਹਨਾਂ ਦੇ ਖਿਲਾਫ਼, ਅਤੇ ਹੋਰ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ